ਹੋ ਸਕਦਾ ਵੀਡੀਓ ਤੱਕਣਾ ਵਾਲੇ ਸਾਡੇ ਵਿੱਚ ਬਾਅਦ ਸ਼ੌਕੀਨ ਲੋਕ ਹੋਣ। ਉਹ ਖੈਰ ਅੱਗੇ ਮੈਂ ਤੁਹਾਨੂੰ ਵੀਡੀਓ 'ਚ ਸਾਰੇ ਫੰਕਸ਼ਨ ਵੀ ਤਾਂ ਕਹਿਣਾ, ਕੀਮਤ ਵੀ ਉਸਦੀ ਦੱਸਦਾ ਕਿ ਕਿਤਨੇ ਦੀ ਆਈ ਹੈ। ਤਸਦੀਕ ਕਰੇ ਸਾਂ ਪਹਿਲਾਂ ਇਹਨੂੰ ਕਿਉਂ ਆ ਕੇ ਨਹੀਂ ਬਣੀ, ਮੈਰੀ ਗੱਲੇ ਦੀ ਵੈਲਿਊ ਤਾਂ ਵੱਧ ਨਾ ਰਹੀ ਨਾ, ਜਿਸ ਖਚ ਬਣਾ ਛੁੜੀ ਨਹੀਂ। ਉਹ ਰਹਿਣ ਜਾਓ ਅੱਗੋ ਅੱਗੋ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੂ। ਧੁੱਪ ਅੱਜ ਚੰਗੀ ਕੜਾਕੇ ਲਈ ਨਿਕਲੀ ਨਹੀਂ, ਕਿਉਂਕਿ ਮੌਸਮ ਬਾਰਿਸ਼ ਦੀ ਵਜ੍ਹਾ ਤੋਂ ਬਿਲਕੁਲ ਸਾਫ਼ ਹੋਏ ਨਾ, ਤਾਂ ਬਾਰਿਸ਼ ਤੋਂ ਬਾਅਦ ਅਕਸਰ ਧੁੱਪ ਜਿਹੜੀ ਹੁੰਦੀ ਹੈ ਉਹ ਚੰਗੀ ਤੇਜ਼ ਹੁੰਦੀ ਹੈ। ਜਿਸ ਕੰਟਰੀ ਦਾ ਵੀ ਵਿਜ਼ਿਟ ਕਰੋ, ਸਭ ਤੋਂ ਮੇਨ ਮਸਲਾ ਉੱਥੇ ਹੁੰਦਾ ਜ਼ਬਾਨ ਦਾ ਇਸ਼ੂ। ਔਰ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ, ਜਿਸ ਮੁਲਕ 'ਚ ਵੀ ਜਾਓ ਤਕਰੀਬਨ ਹਰ ਜਗ੍ਹਾ ਬੋਲੀ ਜਾਂਦੀ ਹੈ। ਇਸ ਵਾਸਤੇ ਮੈਂ ਕਿ ਥੋੜ੍ਹੀ ਜਿਹੀ ਇੰਗਲਿਸ਼ ਨੂੰ ਵੀ ਮਜ਼ਬੂਤ ਕਰੀਏ, ਉਸ ਵਾਸਤੇ ਕਿਤਾਬ ਲੈ ਕੇ ਆਉਣੀ ਹੈ ਥੋੜ੍ਹੀ ਥੋੜ੍ਹੀ। ਉਸ ਤੋਂ ਕੋਈ ਜਿਹੜੇ ਜ਼ਰੂਰਤ ਵਾਲੇ ਹੈ ਨਾ ਜੁਮਲੇ, ਉਹ ਵਿੱਚ ਪਕਾ ਕੇ ਸਾਂ, ਤਾਂ ਕਿ ਅੱਗੇ ਜਿਸ ਤਰ੍ਹਾਂ ਟੂਰ ਚੱਲਦੇ ਰਹਿ ਸਨ, ਉਸ ਦੇ ਵਿੱਚ ਫਿਰ ਉਹ ਬੜਾ ਕੰਮ ਦੇ ਸਨ। ਨਾ ਲੱਗੇ ਸਾਨੂੰ ਇੱਕ ਹੋਰ ਚੀਜ਼ ਵੀ ਅੱਜ ਦਿਖਾਇਆ ਇਸ ਵੀਡੀਓ ਦੇ ਵਿੱਚ, ਨਿੱਕੇ ਬੱਚਿਆਂ ਵਾਸਤੇ ਆਈ ਹੈ ਗੱਡੀ, ਬੜੀ ਜ਼ਬਰਦਸਤ ਕਿਸਮ ਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਜੈਨੂਇਨ ਗੱਡੀ ਹੁੰਦੀ ਹੈ। ਮੈਂ ਸਾਨੂੰ ਵੀਡੀਓ 'ਚ ਸਾਰੇ ਫੰਕਸ਼ਨ ਵੀ ਤਾਂ ਕਹਿਣਾ, ਕੀਮਤ ਵੀ ਉਸਦੀ ਦੱਸਦਾ ਕਿ ਕਿਤਨੇ ਦੀ ਆਈ ਹੈ। ਕਿਹੜੇ ਬਟਨੇ ਤੋਂ ਆਉਣ ਹੁੰਦੀ ਹੈ? ਸੂਏ ਤੋਂ, ਇਹ ਸੁਰਖ ਬਟਨ। ਵੈਰੀ ਗੁੱਡ, ਵਾਹ। ਇਹ ਗੱਡੀ ਦੀ ਸ਼ੇਪ ਬਣੀ ਹੈ ਬਿਲਕੁਲ ਜਿਸ ਤਰ੍ਹਾਂ ਜੈਨੂਇਨ ਹੈਮਰ ਗੱਡੀ ਹੈ ਨਾ, ਸੇਮ ਉਸ ਸ਼ੇਪ 'ਚ ਹੈ। ਲਾਈਟਾਂ ਪਾ ਲਓ ਜੀ, ਬੱਲੀਆਂ ਪਹਿਲੀ, ਹੁਣ ਥੋੜ੍ਹੀ ਜਿਹੀ ਰੋਸ਼ਨੀ ਜ਼ਿਆਦਾ ਹੈ ਨਾ ਤਾਂ ਨਹੀਂ ਨਜ਼ਰ ਆਉਂਦੀਆਂ। ਫਰੰਟ ਬੈਕ ਲਾਈਟਾਂ ਇਸ ਦੀਆਂ ਬਲਦੀਆਂ, ਰਿਮੋਟ ਤੋਂ ਵੀ ਚੱਲਦੀ ਹੈ, ਉਹ ਵੀ ਚੈੱਕ ਕਰੇ ਨਾ। ਇਹ ਇਸ ਤਾਂ ਗੇਅਰ ਲੱਗੇ ਆ, ਅੱਗੋਂ ਕਰੋ ਤਾਂ ਫਾਰਵਰਡ ਹੁੰਦੀ ਹੈ, ਇਹ ਰੁਕ ਗਈ ਹੈ, ਪਿੱਛਾ ਕੀਤਾ ਤਾਂ ਇਹ ਰਿਵਰਸ ਹੋ ਸੀ। USB ਵੀ ਇਸ ਵਿੱਚ ਚੱਲਦੀ ਹੈ, ਉਸ ਤੋਂ ਬਾਅਦ ਮੋਬਾਈਲ ਨਾਲ ਲੀਡ ਲਾ ਕੇ ਕਰ ਸਕਦੇ ਹੋ, ਬਲੂਟੁੱਥ ਦੇ ਨਾਲ ਵੀ ਮੋਬਾਈਲ ਦੇ ਜ਼ਰੀਏ ਕੋਈ ਚੀਜ਼ ਚਲਾ ਸਕਦੇ ਹੋ। ਸਹੀ ਜੈਨੂਇਨ ਗੱਡੀ ਆ ਰਹੀ। ਲਾਈਟਾਂ ਬੰਦ ਕਰ, ਇਹ ਕਿਵੇਂ ਹੋ? ਸੁੱਚ ਬੰਦ ਕਰ, ਕਿੱਥੋਂ? ਇਹ ਹੁਣ ਲਾਈਟਾਂ ਬੰਦ ਹੋ ਗਈਆਂ, ਫਿਰ ਆਨ ਕਰ। ਹੁਣ ਇਹ ਲਾਈਟਾਂ ਚੱਲ ਰਹੀਆਂ। ਔਰ ਇਸ 'ਤੇ ਫਾਈਬਰ ਦੀ ਗੱਡੀ ਬਣੀ ਹੈ, ਬੱਚੇ ਜਿਸ ਤਰ੍ਹਾਂ ਚਲਾਉਂਦੇ ਨਾ, ਅਤੇ ਕਿਸੇ ਦੀਵਾਰ ਨਾਲ ਜਾਂ ਕਿਸੇ ਚੀਜ਼ ਨਾਲ ਟੱਕਰ ਵੀ ਹੋਵੇ ਤਾਂ ਫਿਰ ਵੀ ਵੱਜਦੀ ਟੁੱਟਦੀ ਨਹੀਂ, ਬੜਾ ਇਸ ਤਾਂ ਫਲੈਕਸੀਬਲ ਔਰ ਮਜ਼ਬੂਤ ਫਾਈਬਰ ਹੈ। ਟਾਇਰ ਇਸ 'ਤੇ ਖਾਲੀ ਨਹੀਂ, ਮੁਕੰਮਲ ਵਿੱਚੋਂ ਫੁੱਲ ਹਨ, ਇੰਝ ਨਹੀਂ ਕਿ ਉੱਤੋਂ ਯਾਨੀ ਖੌਲ ਬਣੇ ਆ ਅਤੇ ਵਿੱਚੋਂ ਖਾਲੀ ਨਾ। ਇੰਝ ਹੀ ਹੈ ਜੀ। ਤੈਣੀ ਉਮਰ ਕਿਤਨੀ ਹੈ? 11 11 ਸਾਲ ਦਾ ਬੱਚਾ ਆਰਾਮ ਨਾਲ ਬਹਿ ਕੇ ਇਸ ਨੂੰ ਚਲਾ ਸਕਦਾ। ਅੱਗੇ ਸਾਨੂੰ ਚਲਾ ਕੇ ਵੀ ਚੈੱਕ ਕਰਨੇ ਆ, ਰਿਮੋਟ ਦੇ ਜ਼ਰੀਏ ਵੀ ਚਲਾ ਸਕਦੇ ਹੋ। ਇਹ ਰਿਮੋਟ ਇਸ ਤਾਂ ਆਨ ਹੁੰਦਾ ਪਿਆ, ਸੁਰਖ ਬੱਤੀਆਂ ਬਲਦੀਆਂ ਪਈਆਂ। ਇਹ ਹੁਣ ਮੈਂ ਰਿਮੋਟ ਤੁਹਾਨੂੰ ਮਾਰਿਆ, ਹੱਥ ਉੱਤਾਂ ਕਰ, ਦੋਏ ਹੱਥ ਉੱਤਾਂ ਕਰ, ਇੰਝ ਹੋ। ਇਹ ਹੁਣ ਇੱਥੋਂ ਮੈਂ ਚਲਾਈ, ਇਹ ਰਿਮੋਟ ਤੋਂ ਵੀ ਚੱਲਦੀ ਹੈ। ਬ੍ਰੇਕ ਇਸ ਦੇ ਵਿੱਚ ਕੋਈ ਨਹੀਂ। ਇਹ ਜਿਹੜੀ ਥੱਲੇ ਰੇਸ ਲੱਗੀ ਹੈ ਨਾ, ਪੈਰ ਉੱਤੋਂ ਚਾਹ, ਪੈਰ ਚਾਹ ਤਾਂ ਇੱਕ ਹੋਰ ਵੀ ਕਈਆਂ ਦਾ ਤੱਕ ਕੇ ਦਿਲ ਕਰੇ ਸੀ, ਉਹ ਵੀ ਗਿਣ ਕਾਣ ਬੱਚਿਆਂ ਵਾਸਤੇ ਗੱਡੀਆਂ। ਇਸ ਰੇਸ 'ਤੇ ਤਾਂ ਪੈਰ ਰੱਖੋ ਤਾਂ ਗੱਡੀ ਚੱਲ ਪਾਉਂਦੀ ਹੈ, ਰੇਸ ਤੋਂ ਪੈਰ ਚਾਹੇ ਉੱਤੇ ਰੁਕ ਪੈਂਦੀ ਹੈ। ਬ੍ਰੇਕ ਇਸ ਦੀ ਹੀ ਹੈ। ਹੁਣ ਤਾਂ ਚਲਾ ਕੇ ਚੈੱਕ ਕਰਾਇਓ ਜੀ ਉਸਤਾਦ ਜੀ, ਥੋੜ੍ਹੀ ਜਿਹੀ ਅੱਗਾ ਮੈਣਾ ਜ਼ਿਆਦਾ ਨਹੀਂ, ਪਿੱਛਾ ਰਿਵਰਸ ਕਰ ਪਾਲਾਂ, ਗੇਅਰ ਪਿੱਛਾ ਪਾ ਰਿਵਰਸ, ਬਸ ਹੁਣ ਅੱਗੇ ਆਉਣ। ਵੈਰੀ ਗੁੱਡ ਜੀ, ਬਸ ਠੀਕ ਹੋ ਗਿਆ, ਅੱਲਾ ਦੇ ਹਵਾਲੇ, ਰਿਮੋਟ ਵੀ ਆਪਣਾ ਸੰਭਾਲੋ। ਹਾਂ, ਕੀਮਤ ਇਸ ਦੀ ਦੱਸੀ ਕੋਰੀ? 40,000 ਪੂਰੇ 40,000 ਦੀ ਆਈ ਨੇ ਜੀ। ਅਸਲਾਮ ਵਾਲੇਕੁਮ, ਅਸਲਾਮ, ਕੀ ਹਾਲ ਹੈ ਜਨਾਬ? ਠੀਕ ਹੋ? ਖੈਰ ਖਰੀ, ਸੁਣਾਇਓ।
ਇਹਨਾਂ ਦਿਨਾਂ 'ਚ ਵੈਸੇ ਜਿਨ ਚਮਕ ਦਮੁਕ ਫਿਰ ਰਹੇ ਉਹਨਾਂ ਇਹ ਜਿਹੜੇ ਕਣਕ ਕਪਣਾ ਵਾਲੇ ਨਹੀਂ ਹੁੰਦੇ, ਇਹਨਾਂ ਨੂੰ ਬੰਦਾ ਲੱਗਦਾ ਗੋਲੀ ਯਾਰ। ਸਹੀ ਯਾਰ, ਵਾਲੇਕੁਮ ਸਲਾਮ ਬਾਈ, ਅਸੀਂ ਕਿਹੜੇ ਕੰਮੇ ਲੱਗੇ ਹਾਂ ਤੇ ਜੀ ਸੁਭਾਨ ਅੱਲਾਹ ਕੀ ਆਇਆ ਅੱਗੇ ਬੱਟੀ ਬਰਾਦਰ ਸਟੋਰ ਤੇ ਅੰਦਰ ਰਹੋ ਉਹ ਅੱਗੇ ਬਦਰ ਖੱਲੇ ਆ ਕਦੇ ਚੱਲੇ ਆ ਕੰਮ ਪਿੰਡੀ ਦਾ ਰਹੋ ਮੁੜ ਕੇ ਆਉਂਦੇ ਹਾਂ ਮੁੜ ਕੇ ਅੱਗੇ ਬਹੁ ਨਾ ਚਲੋ ਨਹੀਂ ਤੇ ਫਿਰ ਅਸੀਂ ਆਪ ਤਾਂ ਅੱਗੇ ਫੇਰ ਤੋਂ ਸਾਂ ਹੀ ਫੁੱਲ ਚਿੱਟੇ ਜੋੜੇ ਚਲੋ ਅੱਲਾ ਨੂੰ ਯਾਦ ਕਰਕੇ ਬਸ ਸ਼ੀਸ਼ੇ ਥੋੜੇ ਜਿਹੇ ਲਾ ਦਿਓ ਕੰਮ ਧੱਬੇ ਜਾਣੇ ਧੁੱਬੇ ਤੇ ਖੱਲੀ ਤਾਂ ਅੱਜ ਗਰਮੀ ਵੀ ਚੰਗੀ ਜਿਹੀ ਗਰਮੀ ਨੇ ਥੋੜੀ ਜਿਹੀ ਨਹੀਂ ਕੈਰੀ ਡੱਬਾ ਚੈੱਕ ਕਰਨ ਆਏ ਆ ਤਾਂ ਸਾਡੇ ਵੱਡੇ ਜਿਹੜੇ ਚੈੱਕਰ ਉਹਨੇ ਇਹ ਦੋਏ ਨੇ ਆ ਨੈਕਸ ਅੱਜ ਦੂਰੀ ਦੱਸਾ ਉਸਤਾਦ ਹੋਰੀ ਚਲੋ ਮੈਂ ਥੋੜ੍ਹੀ ਜਿਹੀ ਵੀਡੀਓ 'ਚ ਇਸ ਤੋਂ ਵਾਸਤੇ ਵੀ ਦਿਖਾ ਦੇਣਾ ਕਿ ਹੋ ਸਕਦਾ ਵੀਡੀਓ ਤੱਕਣਾ ਵਾਲੇ ਸਾਡੇ ਵਿੱਚ ਬਾਅਦ ਸ਼ੌਕੀਨ ਲੋਕ ਹੋਣ ਚਿੱਟਾ ਰੰਗ ਨੇ ਗੱਡੀ ਦਾ ਨੰਬਰ ਇਸ ਦਾ ਜਨਾਬ ਪਿੰਡੀ ਦਾ ਨੇ 18 ਮਾਡਲ 511 ਬਾਕੀ ਉਸਤਾਦ ਹੋਰੀ ਚੈਕਿੰਗ ਕਰ ਰਹੇ ਥੋੜ੍ਹੀ ਬਹੁਤੀ ਸਵਾਨ ਅੰਦਰੋਂ ਇਸ ਦੀ ਮੌਲ ਮਾਸ਼ਰਤ ਕਾ ਦੇਣੇ ਆ ਇਹ ਜਿਹੜੀ ਇਸ ਦੇ ਵਿੱਚ ਹੋਈ ਹੈ ਨੰਬਰ ਪੋਸ਼ਿੰਗ ਇਹ ਇਲਾਕਾ ਗੁਜਰ ਖਾਨ ਔਰ ਸਾਡੇ ਇਲਾਕਾ ਚਕਵਾਲ ਔਰ ਪਿੰਡੀ ਇਸ ਸਾਈਡ ਦਾ ਰੇ ਬਹੁਤ ਜ਼ਿਆਦਾ ਹੀ ਪਸੰਦ ਕੀਤੀ ਪੈਂਦੀ ਹੈ ਇਹ ਲਈ ਇਹ ਵੱਡੇ ਉਸਤਾਦ ਚੈੱਕ ਕਰੂ ਨਹੀਂ ਬੂਟੇ ਥੱਲੇ ਲਾਏ ਹੋਏ ਇੱਥੇ ਇਹਨਾਂ ਦਾ ਜੰਗਲੀ ਪਲਾਓ ਉਸਤਾਦ ਖਾਂਦੇ ਆ ਸੁੱਕੇ ਟਾਈਮ ਵਿੱਚੋਂ ਕਸ ਮੈਂ ਗਿਆ ਕੀ ਕੋਤੇ ਚੋਂ ਉਸਤਾਦ ਮਜ਼ਾਕ ਸਮਝੀ ਗਏ ਮੈਂ ਕਿਹਾ ਜੰਗਲੀ ਪਲਾਓ ਇੱਥੋਂ ਖਾਂਦੇ ਆ ਸੋ ਜਣਕੋ ਨਹੀਂ ਇਹ ਅੰਦਰੋਂ ਤਾਂ ਹੁਣੇ ਪਤਾ ਕਰਾਉਂਦੇ ਹਾਂ ਮੈਂ ਬਾਦਸ਼ਾਹ ਪਤਾ ਕਰਾਇਆ ਸਾਂ ਪੂਰਾ ਸਬੂਤ ਦੇ ਸਾਂ ਅਸਲਾਮ ਵਾਲੇਕੁਮ ਤੁਸੀਂ ਇੱਥੇ ਹੀ ਆਉਂਦੇ ਹੋ ਅੰਦਰ ਹੈ ਕੋ ਬੰਦਾ ਹੋਟਲ ਖੁੱਲਿਆ ਹੋਰ ਆਓ ਜੀ ਉਸਤਾਦ ਜੀ ਹੈਲੋ ਔਰ ਐਂ ਅੰਦਰ ਆ ਮੈਡੀ ਗੱਲੇ ਦੀ ਤੂੰ ਮਜ਼ਾਕ ਬਣਾਈ ਹੈ ਮੈਂ ਤਸਦੀਕ ਕਰਾਇਆ ਸਾਂ ਹੁਣੋਂ ਅੰਦਰ ਮੈਂ ਤਸਦੀਕ ਕਰਾਇਆ ਸਾਂ ਮੈਡੀ ਗੱਲੇ ਦੀ ਮਜ਼ਾਕ ਬਣਾਈ ਆ ਬਈ ਜੰਗਲੀ ਪਲਾਓ ਕੋ ਨਹੀਂ ਆਓ ਮੈਂ ਤਸਦੀਕ ਕਰਿਆ ਸਾਂ ਪਹਿਲਾਂ ਇਹਨ ਕਿਉਂ ਆ ਕੇ ਨਹੀਂ ਬਣੀ ਮੈਂ ਗੱਲੇ ਦੀ ਵੈਲਿਊ ਤਾਂ ਵੱਧ ਕੋ ਨਾ ਰਹੀ ਨਾ ਜਿਸ ਖਚ ਬਣਾ ਛੋੜੀ ਨਹੀਂ ਉਹ ਰਹਿ ਜਾਓ ਅੱਗੋ ਅੱਗੋ ਇਹ ਕਾਊਂਟਰ ਤੋਂ ਡਾਇਰੈਕਟ ਪਤਾ ਕਰਿਆ ਸਾਂ ਅਸਲਾਮ ਵਾਲੇਕੁਮ ਬਾਈ ਜਾਨ ਜੰਗਲੀ ਪਲਾਓ ਹੁੰਦਾ ਕੋ ਨਹੀਂ ਤੁਹਾਡੇ ਕੋਲ ਇਦੋਂ ਸੁਣੇ ਜੀ ਥੋੜ੍ਹਾ ਜਿਹਾ ਉੱਚਾ ਦੱਸੇ ਬਾਈ ਜਾਨ ਜੀ ਹੋਣਾ ਹੋਣਾ ਇਹਨਾਂ ਮੈਂ ਗੱਲੇ ਦੀ ਮਜ਼ਾਕ ਬਣਾ ਕੀਤੀ ਹੈ ਮੈਂ ਕਿ ਜੰਗਲੀ ਪਲਾਓ ਇਹ ਨਾ ਕਿਹੜਾ ਤੂੰ ਨਵਾਂ ਕੱਟ ਗਿਆ ਇਹ ਕਿੱਥੇ ਲਿਖਿਆ ਜੀ ਇਹ ਲਿਖਿਆ ਇਹ ਉੱਤੇ ਅੰਗਲੀ ਰੱਖੋ ਮੈਂ ਮੋਬਾਈਲ ਇਹ ਲਿਖਿਆ ਜੀ ਜੰਗਲੀ ਪਲਾਓ ਠੀਕ ਹੈ ਇਸੇ ਵਿੱਚ ਚਲਾ ਦਿਓ ਛੋੜੋ ਪਲੇਟਾਂ ਨੂੰ ਇਸ ਟਰੇ ਵਿੱਚ ਹੀ ਚਲਾ ਅੱਲਾ ਹਾਫਜ਼ ਮਿਲੋ ਜੀ ਕੈਰੀ ਡੱਬਾ ਇੱਕ ਤੱਕਣਾ ਇਸ 'ਤੇ ਗਏ ਆ 18 ਮਾਡਲ ਲੇਕਿਨ ਉਹ ਪਸੰਦ ਹੀ ਨਹੀਂ ਆਇਆ ਸੌਦਾ ਤਾਂ ਕੀ ਹਾਲ ਨੇ ਠੀਕ ਹੋ
ਸੌਦਾ ਤਾਂ ਬਣਦਾ ਚੀਜ਼ ਦਾ ਕਿ ਜਿਸ ਟਾਈਮ ਪਸੰਦ ਆਵੇ, ਪਸੰਦ ਹੀ ਨਹੀਂ ਆਇਆ ਸੌਦਾ ਕੀ ਬਣਨਾ ਹੈ ਉਸਦਾ, ਉਸ ਵਜ੍ਹਾ ਤੋਂ ਗੱਡੀ ਹੋ ਗਈ ਰਿਜੈਕਟ। ਟਾਈਮ ਹੋ ਗਿਆ ਸ਼ਾਮ 6:45 ਦਾ, ਤਾਂ ਹੁਣ ਆ ਗਏ ਵਾਪਸ। ਉਹ ਸਾਰੀ ਅਗਰ ਨਿਕਲਿਆ ਹੁਣ ਇਹ ਅਜੇ ਫਿਰ ਮਸ਼ਵਰੇ ਕਰੇ ਸਨ ਮਜ਼ੀਦ। ਵਾਪਸੀ ਹੋ ਗਈ ਹੈ, ਇੱਥੇ ਅੱਜ ਦੀ ਵੀਡੀਓ ਦਾ ਕਰੇਨੇ ਆ ਐਂਡ, ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵੀਡੀਓ 'ਚ। ਅੱਲਾ ਨਿਗਹਿਬਾਨ।